ਜ਼ਿਲ੍ਹਾ ਮਹਿਲਾ ਕਾਂਗਰਸ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮਹਿਲਾ ਪ੍ਰਧਾਨ ਨੀਲਮ ਰਾਣੀ ਵੱਲੋਂ ਜ਼ਿਲ੍ਹੇ ਦੀਆਂ ਮਹਿਲਾ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਸਥਾਨਕ ਸੰਤ ਨਗਰ ਵਿੱਚ ਇੱਕ ਸਮਾਗਮ ਸਮਾਰੋਹ ਰੱਖਿਆ, ਜਿਸ ਵਿੱਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਮਹਿਲਾਵਾਂ ਨਾਲ ਕੀਤੇ ਰਖਵੇਕਰਨ ਨੂੰ ਲੈ ਕੇ ਕੀਤੇ ਵਾਅਦੇ ਪੂਰੇ ਕਰਨ ਲਈ ਅਤੇ ਔਰਤਾਂ ਨੂੰ ਲਾਭਵੰਦ ਕਰਨ ਦੇ ਮਕਸਦ ਨਾਲ ਕਾਂਗਰਸ ਵਿੱਚ ਅਹੁਦੇ ਬਖਸ਼ ਤੇ ਉਹਨਾਂ ਦਾ ਸਨਮਾਨ ਕਰਨ ਲਈ ਜ਼ਿਲ੍ਹਾ ਮਹਿਲਾ ਕਾਂਗਰਸ ਫਤਿਹਗੜ੍ਹ ਸਾਹਿਬ ਦੀ ਨਵੀਂ ਚੋਣ ਕੀਤੀ ਸੀ। ਮਹਿਲਾ ਕਾਂਗਰਸ ਦੀ ਪਰਿਵਾਰ ਵੱਡਾ ਕਰਨ ਲਈ ਮਹਿਲਾਵਾਂ ਨੂੰ ਅਹੁਦੇ ਬਖਸ਼ ਤੇ ਉਹਨਾਂ ਨਿਯੁਕਤੀ ਪੱਤਰ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਨੀਲਮ ਰਾਣੀ ਵੱਲੋਂ ਇੱਕ ਸਮਾਗਮ ਰੱਖਿਆ ਗਿਆ, ਜਿਸ ਵਿੱਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਮਹਿਲਾ ਕਾਂਗਰਸ ਦੀਆਂ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਨੀਲਮ ਰਾਣੀ ਵੱਲੋਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਪੰਜਾਬ ਸਰਕਾਰ ਜਿਹੜਾ ਉਪਰਾਲਾ ਕਰ ਰਹੀ ਹੈ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਨ ਲਈ, ਅੱਜ ਸਮੇਂ ਦੀ ਨਜ਼ਾਕਤ ਨੂੰ ਮੁਖੀ ਦੇਖਦੇ ਹੋਏ ਮੈਂ ਸਮਝਦਾ ਲੋੜ ਹੈ ਔਰ ਬਕਾਇਦਾ ਮੈਂ ਐਲਾਨ ਕੀਤਾ ਹੈ ਆਪਣੇ ਹਲਕੇ 'ਚ ਜਿਹੜੇ ਵੀ ਪਿੰਡ ਵਾਸੀ ਜਾਂ ਬਕਾਇਦਾ ਸ਼ਹਿਰ ਵਾਸੀ ਕੋਈ ਨਛੇੜੀ ਨੂੰ ਜਿਹੜਾ ਨਛੇੜੀ ਨਸ਼ਿਆਂ ਦਾ ਵਪਾਰ ਕਰਦਾ ਹੋਏ ਉਹ ਵੇਚਦਾ ਹੋਏ ਉਹਦੇ ਨਾਲ ਨਸ਼ੇ ਬਰਾਮਦ ਹੋਣ ਉਹਨੂੰ ਬਕਾਇਦਾ ਫੜ ਕੇ ਥਾਣੇ 'ਚ ਲੈ ਜਾਣ ਔਰ ਜੇ ਥਾਣੇਦਾਰ ਉਹਨਾਂ 'ਤੇ ਕਾਨੂੰਨੀ ਕਾਰਵਾਈ ਨਹੀਂ ਕਰੂਗਾ ਤਾਂ ਥਾਣੇਦਾਰ ਨੂੰ ਸਸਪੈਂਡ ਕੀਤਾ ਜਾਊਗਾ ਔਰ ਜਿਹੜਾ ਇਨਸਾਨ ਸਾਡੇ ਸ਼ਹਿਰ ਦਾ ਹੋਏ ਚਾਹੇ ਪਿੰਡ ਦਾ ਹੋਏ ਜਿਹੜੇ ਨਸ਼ੇਰੀਆਂ ਨੂੰ ਨਸ਼ਿਆਂ ਦੇ ਨਾਲ ਫੜ ਕੇ ਬਰਾਮਦ ਕਰਕੇ ਥਾਣੇ ਪਹੁੰਚਾਊਗਾ ਉਹਨੂੰ 1,000 ਤੋਂ ਲੈ ਕੇ 10,000 ਰੁਪਇਆ ਮੇਰੇ ਵੱਲੋਂ ਨਿੱਜੀ ਤੌਰ 'ਤੇ ਇਨਾਮ ਦਿੱਤਾ ਜਾਊ ਤਾਂ ਕਿ ਸਮਾਜ ਨੂੰ ਨਾਲ ਜੋੜ ਕੇ ਅਸੀਂ ਨਸ਼ਿਆਂ ਤੋਂ ਮੁਕਤੀ ਸਮਾਜ ਨੂੰ ਲਿਆ ਸਕੀਏ ਤਾਂ ਕਿ ਸਾਡੀ ਨੌਜਵਾਨੀ ਸੁਰੱਖਿਅਤ ਰਹਿ ਸਕੇ, ਬਚ ਸਕੇ ਔਰ ਬਕਾਇਦਾ ਪੰਜਾਬ ਦਾ ਨਾਮ ਗਾਹਾਂ ਨੂੰ ਰੋਸ਼ਨ ਕਰ ਸਕੇ ਕਿਉਂਕਿ ਸਾਡਾ ਗੁਆਂਢੀ ਸੂਬਾ ਹਰਿਆਣੇ 'ਚ ਸਾਡੇ ਪੰਜਾਬ ਦੇ ਨੌਜਵਾਨਾਂ ਤੋਂ ਅੱਗੇ ਲੱਗ ਗਿਆ ਔਰ ਖੇਡਾਂ ਦੇ ਤਹਿਤ ਆਪਣਾ ਹਰਿਆਣੇ ਦਾ ਨਾਮ ਜਾਗਰੂਕ ਕਰ ਰਿਹਾ ਜਦਕਿ ਪੰਜਾਬ ਨਸ਼ਿਆਂ ਦੇ ਰੁਝਾਨ ਦੇ ਤਹਿਤ ਸਾਡੀ ਨੌਜਵਾਨੀ ਉਜਾੜੀ ਜਾ ਰਹੀ ਹੈ। ਉਸ ਨੂੰ ਅੱਜ ਸਮੇਂ ਦੀ ਨਜ਼ਾਕਤ ਦੇ ਤਹਿਤ ਸਰਕਾਰ ਦਾ ਉਪਰਾਲਾ ਹੈ ਕਿ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਔਰ ਇਸੇ ਲਈ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਸਹਿਯੋਗ ਦੇ ਕੇ ਸਮਾਜ ਨਾਲ ਰਲ ਮਿਲ ਕੇ ਨਸ਼ੇੜੀਆਂ ਨੂੰ ਫੜਾ ਕੇ ਉਹਨਾਂ ਤੋਂ ਬਰਾਮਦ ਕਰਾ ਕੇ ਥਾਣਿਆਂ 'ਚ ਵੱਧ ਤੋਂ ਵੱਧ ਸਾਡੇ ਜਿਹੜੇ ਨਸ਼ੇ ਦੇ ਵਪਾਰੀ ਹੈ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਕਰਨ ਤਾਂ ਕਿ ਸਾਡੀ ਧੀਆਂ ਭੈਣਾਂ ਸੁਰੱਖਿਅਤ ਰਹਿ ਸਕਣ ਔਰ ਮਾਂ ਬਾਪ ਦਾ ਜਿਹੜੀ ਸਾਡੀ ਸੰਸਕ੍ਰਿਤੀ ਹੈ ਉਹਦੇ ਅਨੁਸਾਰ ਮਾਨ ਸਨਮਾਨ ਬਕਾਇਦਾ ਜਾਗਰੂਕ ਰਹਿ ਸਕੇ ਔਰ ਬਕਾਇਦਾ ਜਿਹੜਾ ਸਾਡੀ ਸੰਸਕ੍ਰਿਤੀ ਦੇ ਅਨੁਸਾਰ ਸਾਡਾ ਪੰਜਾਬ ਖੁਸ਼ਵਾਦ ਨਾਲ ਚੱਲ ਸਕੇ ਔਰ ਗਾਹਾਂ ਨੂੰ ਪੰਜਾਬ ਸੁਰੱਖਿਅਤ ਹੋ ਸਕੇ। ਪੰਜਾਬੀ ਸਰਗਰਮੀਆਂ ਲਈ ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਢਿੱਲੋਂ ਦੀ ਰਿਪੋਰਟ।